ਦਰਬਾਰ ਸਕੁਆਇਰ ਦੇ ਵਿੱਚ ਜਿਹੜਾ ਕਠਮੰਡੂ ਦੇ ਵਿੱਚ ਆ, ਅਤੇ ਇੱਥੇ ਨਾ ਟਿਕਟ ਲੱਗਦੀ ਆ। ਇਹਨਾਂ ਨੇ ਦੱਸਿਆ ਹੋਇਆ ਵੀ 500 ਰੁਪਈਆ ਟਿਕਟ ਆ ਇਹਦੀ। ਜਿਹੜੇ ਸਾਰਕ ਜਿਹੜੇ ਮੁਲਕ ਆ ਨਾ, ਜਿਹੜੇ ਜਿੱਦਾਂ ਬੰਗਲਾਦੇਸ਼ ਹੋ ਗਿਆ, ਭੂਟਾਨ, ਇਹ ਸਾਰਕ ਮੁਲਕ ਬਣੇ ਹੋਏ ਆ, 6-7 ਮੁਲਕ ਹੈਗੇ ਆ। ਅਤੇ ਜਿਹੜੇ ਦੂਸਰੇ ਕੰਟਰੀ ਆ ਉਹਨਾਂ ਦੀ ਹੈਗੀ ਆ 1000 ਰੁਪਈਆ ਟਿਕਟ। ਹਾਂਜੀ, ਅਤੇ ਮੈਂ ਇਸ ਟਾਈਮ ਖੜ੍ਹਾ ਦਰਬਾਰ ਸਕੁਆਇਰ ਜਿਹੜਾ ਕਠਮੰਡੂ ਦੇ ਵਿੱਚ ਆ। ਇਹ ਨਾ ਇੱਕ ਵਰਲਡ ਹੈਰੀਟੇਜ ਸਾਈਟ ਆ, ਅਤੇ ਇਹ ਤੁਹਾਨੂੰ ਯਾਦ ਹੋਣਾ ਸ਼ਾਇਦ 2015 ਦੇ ਜਦੋਂ ਬਹੁਤ ਤਕੜਾ ਇੱਥੇ ਭੂਚਾਲ ਆਇਆ ਸੀ 7.9 ਮੈਗਨੀਚੂਡ ਦਾ, ਅਤੇ ਉਦੋਂ ਨਾ ਸਾਰੀ ਜਿਹੜੀ ਬਿਲਡਿੰਗ ਹੈ ਨਾ ਇਹ ਸਾਰੀ ਤਬਾਹ ਹੋ ਗਈ ਸੀ। ਆ ਜਿਹੜੀ ਮੈਂ ਤੁਹਾਨੂੰ ਦਿਖਾਉਂਦਾ ਪਿਆ ਇੱਧਰ, ਅਤੇ ਇਹਨੂੰ ਦੁਬਾਰਾ ਪਰ ਇਹਨਾਂ ਨੇ ਬੜੀ ਛੇਤੀ ਕੰਪਲੀਟ ਕੀਤਾ ਇਹਨਾਂ ਨੇ। ਅਤੇ ਹੁਣ ਇਹ ਮਤਲਬ ਇਹ ਕਹਿ ਲਓ ਵੀ ਕਠਮੰਡੂ ਦਾ ਇੱਕ ਸੈਂਟਰ ਪੁਆਇੰਟ ਆ, ਥੈਮਲ ਏਰੀਆ ਦੇ ਬਿਲਕੁਲ ਲਾਗੇ ਆ। ਇਹਦੇ ਇੱਕ ਮਿਊਜ਼ੀਅਮ ਵੀ ਆ, ਇਹਨੂੰ ਨਾ ਹਨੂੰਮਾਨ ਜੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ, ਹਨੂੰਮਾਨ ਗੋੜਾ ਕਹਿੰਦੇ ਇਸ ਤਰ੍ਹਾਂ ਕਰਕੇ। ਆਹ ਦੇਖੋ ਇਹਦਾ ਕਿਵੇਂ ਲੋਕ ਸ਼ਾਮ ਨੂੰ ਆ ਕੇ ਇਸ ਤਰ੍ਹਾਂ ਮੌਜ ਮਸਤੀ ਕਰਦੇ ਨਾ ਆਪਾਂ, ਸਭ ਜਨਤਾ ਆਈ ਹੋਈ ਹੈ। ਇੱਥੇ ਸੈਂਟਰ ਪੁਆਇੰਟ ਆ, ਥੈਮਲ ਏਰੀਆ ਵਾ ਇਹ, ਅਤੇ ਕਾਫੀ ਇੱਥੇ ਲਾਗੇ ਮੰਦਰ ਵੀ ਹੈਗੇ ਛੋਟੇ ਛੋਟੇ, ਅਤੇ ਸਾਰੇ ਤਾਂ ਨਹੀਂ ਆਪਾਂ ਚਲੋ ਜਿੰਨਾ ਵੀ ਕਵਰ ਹੁੰਦਾ ਆਪਾਂ ਕਰਦੇ ਹਾਂ ਕਵਰ। ਅਤੇ ਇੱਧਰ ਨਾਲ ਹੀ ਇੱਕ ਇਸ ਪਾਸੇ ਮਿਊਜ਼ੀਅਮ ਹੈਗਾ ਵਾ, ਅਤੇ ਮਿਊਜ਼ੀਅਮ ਦੇ ਅੰਦਰ ਚੱਲਦੇ ਹਾਂ ਆਪਾਂ। ਉਹਦੀ ਟਿਕਟ ਲੈਣੀ ਹੋਈ ਮੈਂ, 500 ਰੁਪਈਆ ਨੇਪਾਲੀ ਪਈ ਆਪਾਂ ਨੂੰ, ਕੋਈ ਲਗਭਗ ਇੰਡੀਆ ਦਾ ਲਾ ਲਓ 325 ਰੁਪਈਆ ਲਾ ਲਓ। ਆਹ ਪੌੜੀਆਂ ਜਾਂਦੀਆਂ ਹੁੰਦੀਆਂ। ਆਹ ਵਾ ਹਨੂੰਮਾਨ ਜੀ ਦਾ ਮੰਦਰ ਆ, ਅਤੇ ਇਹਦੇ ਨਾਲ ਹੀ ਅੰਦਰਲੇ ਪਾਸੇ ਮਿਊਜ਼ੀਅਮ ਆ। ਆਹ ਮਿਊਜ਼ੀਅਮ ਦੇਖ ਕੇ ਆਉਂਦੇ ਹਾਂ। ਹਾਂਜੀ ਆ ਗਏ ਆ ਜੀ ਅੰਦਰ ਮਿਊਜ਼ੀਅਮ ਦੇ। ਆਹ ਤੁਸੀਂ ਦੇਖੋ, ਆਹ ਬਾਬਾ ਇਸ ਤਰ੍ਹਾਂ ਪੁਰਾਣੇ ਨਾ ਰਾਜਿਆਂ ਦੇ ਬਣੇ ਹੁੰਦੇ ਸੀ। ਆ ਇਹਨਾਂ ਦੇ ਪੁਰਾਣੇ ਰਾਜੇ ਆ ਜਿਹੜੇ ਜਿਹੜੇ ਇੱਥੇ ਰਹੇ। ਆ ਨਾ ਬਣੀ ਹੋਈ ਆ ਰੋਇਲ ਥਰੋਨ, ਜਿਹੜੀ ਇਹਨਾਂ ਦੀ ਰੋਇਲ ਥਰੋਨ ਹੈ, ਜਿਹੜੀ ਉਹਨਾਂ ਦੇ ਰਾਜਾ ਮਹਾਰਾਜਾ ਜਿਹੜੇ ਬਹਿੰਦੇ ਰਹੇ ਹੋਣੇ ਕਿਤੇ ਇੱਥੇ। ਆਹ ਵੇਖੋ ਉਹਦੀ ਫੀਲਿੰਗ ਵੀ ਆਉਂਦੀ ਹੈ ਅਤੇ ਬਹਿ ਕੇ। ਪੁਰਾਣੀਆਂ ਚੀਜ਼ਾਂ ਸਾਂਭ ਕੇ ਰੱਖੀਆਂ ਨਾ। ਇੱਕ ਚੀਜ਼ ਮੈਨੂੰ ਸਮਝ ਨਹੀਂ ਆਉਂਦੀ ਵੀ ਵਾਰ ਵਾਰ ਮੈਂ ਵੇਖਦਾ ਪਿਆ, ਇੱਕ ਚੀਜ਼ ਮੈਨੂੰ ਸਮਝ ਨਹੀਂ ਆਉਂਦੀ ਵਾਰ ਵਾਰ ਚਾਈਨਾ ਏਡ ਕਿਉਂ ਲਿਖਿਆ ਹੋਇਆ। ਕੋਈ ਇਹਨਾਂ ਨੇ ਏਡ ਊਡ ਦਿੱਤੀ ਇਹਨਾਂ ਨੂੰ ਜਾਂ ਕੋਈ ਰੱਬ ਜਾਣੇ ਕੋਈ।
ਜਿਹੜੇ ਪੱਥਰ ਆ ਨਾ ਉਹ ਇਹਨਾਂ ਨੇ ਸਾਂਭ ਕੇ ਰੱਖੇ ਹੋਏ ਆ। ਟੈਰਾਕੋਟਾ ਆਫ ਸ਼ਿਵਾ ਟੈਂਪਲ ਨਾ, ਫਿਰ ਪੁਰਾਣੀਆਂ ਜਿਹਨਾਂ ਨੇ ਚੀਜ਼ਾਂ ਸਾਂਭ ਕੇ ਰੱਖੀਆਂ ਹੋਈਆਂ। ਹਾਂਜੀ, ਉਹਦੀ ਬੀਬੀ ਬੈਠੀ ਉਹ ਦੱਸਦੀ ਵੀ ਜਿਹੜੇ ਪੱਥਰ ਆ ਨਾ ਇਹ ਸ਼ਿਵਾ ਟੈਂਪਲ ਦੇ ਆ, ਜਿਹੜੇ ਜਦੋਂ ਭੂਚਾਲ ਆਇਆ ਨਾ 2015 'ਚ ਉਦੋਂ ਜਿਹੜੇ ਟੁੱਟੇ ਸੀ ਉਹ ਇਹਨਾਂ ਨੇ ਇੱਥੇ ਫਿਰ ਪ੍ਰਜ਼ਰਵ ਕਰਕੇ ਰੱਖੇ ਹੋਏ ਆ। ਆਹ ਨਾ ਪੁਰਾਣੀ ਲੈਂਡ ਰੋਵਰ ਇਹਨਾਂ ਨੇ ਰੱਖੀ ਹੋਈ ਸਾਂਭ ਕੇ, ਕੋਈ ਪੁਰਾਣੀ ਰਾਜਾ ਮਹਾਰਾਜਾ ਇਹਨਾਂ ਦੀਆਂ ਦੀ ਹੈਗੀ ਆ। ਵੇਖੋ ਫਿਰ ਆਹ ਵੇਖੋ ਪੁਰਾਣੀਆਂ ਬੌਲੀਆਂ ਕਿਵੇਂ ਬਣੀਆਂ ਹੁੰਦੀਆਂ ਥੱਲੇ ਜਾ ਕੇ, ਅਤੇ ਉਹਦੇ ਵਿੱਚ ਆ ਮਿਨਾਰ ਜਿਹਾ ਲੱਗਾ ਹੋਇਆ। ਇੱਧਰ ਪੌੜੀਆਂ ਵੇਖੋ ਕਿੱਡੀਆਂ ਕਿੱਡੀਆਂ ਵੱਡੀਆਂ, ਉੱਥੋਂ ਉਤਰ ਕੇ ਜਾਈਦਾ ਸੀ, ਉੱਥੋਂ ਉਤਰ ਕੇ ਥੱਲੇ 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 ਪਾਣੀ ਸਰੋਵਰ ਵਾਂਗੂ ਇਸ ਤਰ੍ਹਾਂ ਬੌਲੀਆਂ ਪਾਣੀਆਂ ਬਣੀਆਂ ਹੁੰਦੀਆਂ। ਸਾਰੀ ਹੈਰੀਟੇਜ ਸਾਈਟ ਹੀ ਆ ਇਹ, ਕਾਫੀ ਕੁਝ ਇੱਥੇ ਸਿੱਖਣ ਨੂੰ ਮਿਲਿਆ, ਕਾਫੀ ਕੁਝ ਇੱਥੇ ਦੇਖਣ ਨੂੰ ਮਿਲਿਆ ਪੁਰਾਣੀਆਂ ਚੀਜ਼ਾਂ। ਹਰੀ ਪ੍ਰਸ਼ਾਦ ਸ਼ਰਮਾ ਦੀਆਂ ਪੇਂਟਿੰਗਸ, ਕਾਫੀ ਕੁਝ ਆ ਮਤਲਬ ਵੇਖਣ ਨੂੰ। ਜਿਹੜੇ ਬੰਦੇ ਨੇ ਆਉਣਾ ਨਾ ਇੱਥੇ ਕੁਝ ਮਤਲਬ ਸਿੱਖਣ ਜਾਂ ਕੋਈ ਜਿਹੜਾ ਹਿਸਟਰੀ ਨਾਲ ਜਿਨ੍ਹਾਂ ਨੂੰ ਹੈਗੀ ਆ ਮਤਲਬ ਕਿ ਲਗਨ, ਉਹਨਾਂ ਵਾਸਤੇ ਬਹੁਤ ਕੁਝ ਆ ਇੱਥੇ ਆ ਕੇ ਸਿੱਖਣ ਨੂੰ। ਠੀਕ ਆ, ਜਿਹੜੇ ਦੂਸਰੇ ਬੰਦੇ ਆ ਉਹਨਾਂ ਵਾਸਤੇ ਵੀ ਬਹੁਤ ਕੁਝ ਆ, ਪਰ ਇਹ ਆ ਵੀ ਥੋੜ੍ਹਾ ਥੋੜ੍ਹਾ ਕਰਕੇ ਬੰਦਾ ਵੇਖਦਾ ਰਹੇ।